ਪਟਾਨ ਧੰਨਵਾਦ ਕੀਤਾ ਜਾਂਦਾ ਹੈ। ਆਓ ਆਪਾਂ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਇਸ ਤੋਂ ਉਪਰੰਤ ਹੁਕਮਨਾਮੇ ਹੋਣਗੇ। ਹੁਕਮਨਾਮੇ ਤੋਂ ਬਾਅਦ ਪ੍ਰਸ਼ਾਦਾ ਪਾਣੀ ਜੋ ਸੰਗਤ
ਸਦਿਆਂ ਦੀ ਸਦਾ ਸੱਚ ਦੇ ਸੱਚ ਦੀ ਢਲਾਣ ਕਰਕੇ ਦੁਨੀਆ ਆਪ ਦੀ ਮੁਕਤ ਪੂਰੀ ਕੇਸ ਨੂੰ ਦੁਨੀਆ ਆਪ ਦੀ ਮੁਕਤ ਪੂਰੀ ਕੇਸ ਨੂੰ ਪਾਈ ਭਾਈ ਕਲਿਆਣੇ ਕਲਿਆਣ ਇੱਥੇ ਮੂਹਰੇ ਭਾਰ ਕੇ ਮਾਰ ਕਰਨ ਵਾਲੇ ਬਾਪ ਦੇ ਆਗਣ ਖਾਣ ਕਰਕੇ ਗੁਰੂ ਗ੍ਰੰਥ ਹੈ ਦੁਨੀਆ ਦੇ ਗ੍ਰੰਥ ਦੀਪੋ ਹਿੰਦੂਆਂ ਨਾਲ ਬੈਠੇ ਮੁਸਲਮ ਮਾਂ ਇਸ ਵਿੱਚ ਦੋਵੇਂ ਪੜ੍ਹਦੇ ਨੇ ਬੜਾ ਸਤਿਕਾਰ ਦੇ ਨਾਲ ਉਹਦੀ ਗੀਤਾਂ ਤੇ ਉਹਦੀ ਕੁਰਾਨ ਇਸ ਵਿੱਚ ਡੂਬ ਬੜਾ ਸੀ ਤੇ ਨਾਈ ਸੀਪੇ ਕਬੀਰ ਜਲਾਹ ਤੇ ਧੰਨਾ ਪ੍ਰਸਾਦ ਇਸ ਵਿੱਚ ਗੰਗਾ ਜੀ ਦੇ ਕਸੀਏ ਨੂੰ ਲੋਚਦੀ ਰਹੀ ਬੇਗਮਪੁਰੇ ਦਾ ਸ਼ਹਿਰੀ ਮਹਾਨ Thank you.
ਦੀਪ ਸਿੰਘ ਜੀ ਬਹੁਤ ਸਾਰਾ ਮਾਣ ਤੇ ਸਤਿਕਾਰ ਦੇ ਕੇ ਗਏ ਨੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਾਨ ਜੀ ਕਿਰਪਾ ਕਰ ਚਰਨਾਂ ਦੇ ਨਾਲ ਲਾਉਣ। ਇਸੇ ਹੀ ਨਗਰ ਦਾ ਹੋਰ ਹਰ ਸਰੰਗੀ ਮਾਸਟਰ ਜਿਹੜਾ ਦਾਸ ਦੇ ਨਾਲ ਕੁਝ ਸਮਾਂ ਸਰੰਗੀ ਦੇ ਉੱਤੇ ਸਰੰਗੀ ਦੇ ਪੋਟਿਆਂ ਦੇ ਉੱਤੇ ਸੇਵਾ ਕੀਤੀ ਸੀ ਵੀਰ ਜਗਵੀਰ ਸਿੰਘ ਜੱਗੀ, ਉਹਦੇ ਵੱਲੋਂ ਵੀ ਬਹੁਤ ਸਾਰਾ ਮਾਣ ਤੇ ਸਤਿਕਾਰ ਆਇਆ। ਅਰਦਾਸ ਬੇਨਤੀ ਜੋਦਰੀ ਕਰਦੇ ਹਾਂ ਸੱਚੇ ਪਾਤਸ਼ਾਹ, ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਓ, ਆਪਣੇ ਚਰਨਾਂ ਦੀ ਸੇਵਾ ਬਖਸ਼ਿਓ, ਇਸੇ ਤਰ੍ਹਾਂ ਤੁਹਾਡੇ ਚਰਨਾਂ ਦੀ ਸੇਵਾ ਕਰਦੇ ਰਹਿਣ, ਇਹ ਬੇਨਤੀਆਂ ਅਰਦਾਸਾਂ ਕਰਦੇ ਹਾਂ। ਇਹ ਨਗਰ ਕੀਰਤਨ ਸਜਿਆ ਹੋਇਆ ਹੈ, ਪੰਜ ਪਿਆਰੇ ਸਾਹਿਬਾਨ ਗਵਾਹੀ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਨਗਰ ਕੀਰਤਨ ਦੀ ਸਤ ਸੰਗਤ ਜੀ ਸੁਭਾ ਬਣੇ ਹੋਏ ਨੇ। ਆਪ ਸੇਵਾਦਾਰ ਜਿਹੜੇ ਵੀ ਨਗਰ ਦੇ ਵਿੱਚ ਗਏ ਨੇ, ਸਾਰੇ ਸੇਵਾਦਾਰਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਸੇਵਾ ਕੀਤੀ ਹੈ। ਕਿਸੇ ਦੇ ਹੱਥ ਵਿੱਚ ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਨੇ, ਪੰਜ ਪਿਆਰੇ ਸਾਹਿਬਾਨ ਕੇਸਰੀ ਬਾਣੇ ਦੇ ਵਿੱਚ ਝੂਲ ਰਹੇ ਨੇ। ਸਤ ਸੰਗਤ ਜੀਓ, ਅੱਜ ਮੇਰੇ ਦਾਦੇ ਨੇ ਰਹਿਮਤ ਕੀਤੀ, ਸੰਗਤਾਂ ਜੁੜੀਆਂ ਹੋਈਆਂ ਨੇ। ਨਗਰ ਕੀਰਤਨ ਜਕਾਰਿਆਂ ਦੀ ਗੂੰਜ ਪੈ ਰਹੀ ਹੈ, ਜਕਾਰਿਆਂ ਦੀਆਂ ਗੂੰਜਾਂ ਸਤ ਸੰਗਤ ਜੀਓ ਇਸ ਨਗਰ ਕੀਰਤਨ ਦੇ ਵਿੱਚ। ਕਿਤੇ ਬਾਣੀ ਦੇ ਸ਼ਬਦ ਪੜੇ ਜਾ ਰਹੇ ਨੇ, ਕਿਤੇ ਢਾਡੀ ਵਾਰਾਂ ਗਾਈਆਂ ਜਾ ਰਹੀਆਂ ਨੇ, ਬਹੁਤ ਸਾਰਾ ਮਾਣ ਤੇ ਸਤਿਕਾਰ ਦੇ ਕੇ ਗਏ ਨੇ। ਮੇਰੇ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਨ, ਅਮਰਜੀਤ ਸਿੰਘ ਜੀ ਗੁਰਦੇਵ ਪਾਤਸ਼ਾਹ ਜੀ ਚਰਨਾਂ ਦੇ ਨਾਲ ਲਾਉਣ ਸਿਰ ਤੇ ਮਿਹਰ ਭਰੇ ਹੱਥ ਵਿੱਚ। ਕਿਤੇ ਸਤ ਸੰਗਤ ਜੀ ਉਹ ਜਕਾਰਿਆਂ ਦੀ ਗੂੰਜ ਪੈ ਰਹੀ ਹੈ, ਕਿਤੇ ਬਾਣੀ ਦੇ ਸ਼ਬਦ ਪੜੇ ਜਾ ਰਹੇ ਨੇ, ਅੱਜ ਹਾਰ ਸਰਪਣ ਕਰਵਾਇਆ ਜਾ ਰਿਹਾ ਹੈ, ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋਭਾ ਪਾ ਰਹੇ ਨੇ। ਬਈ ਨਗਰ ਕੀਰਤਨ ਜਿਵੇਂ ਸੱਜ ਰਿਹਾ ਹੈ, ਨਗਰ ਕੀਰਤਨ ਦੀ ਸੋਭਾ ਦਾਸ ਤੇ ਸਾਥੀ ਅਮਰਜੀਤ ਸਿੰਘ ਦੀਪਾ ਪਿੰਡ ਬੈਨਾਪੁਰ, ਸਰੰਗੀ ਮਾਸਟਰ ਛੋਟਾ ਵੀਰ ਸੰਦੀਪ ਸਿੰਘ ਬੈਨਾਪੁਰ, ਕਮਲਜੀਤ ਸਿੰਘ ਕਮਲ ਚੱਕ ਖੁਰਦ, ਦਾਸ ਪ੍ਰਦੀਪ ਸਿੰਘ ਪਾਂਧੀ, ਪਿੰਡ ਸ਼ਮਸ਼ਾਬਾਦ ਵਾਲਾ ਢਾਡੀ ਜਥਾ, ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਹੈ। ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਨ, ਚਰਨਾਂ ਦੇ ਨਾਲ ਲਾਉਣ, ਧੰਨਵਾਦ ਕਰਦੇ ਹਾਂ। ਅੱਜ ਨਗਰ ਗੋਸ਼ੀਆਂ ਪੀਰਾਂ ਦੀ ਸੁੱਚੀ ਸੰਗਤ ਨੇ ਪੰਜ ਪਿਆਰਿਆਂ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਧਾਨਗੀ ਹੇਠ ਜੋ ਨਗਰ ਕੀਰਤਨ ਕੱਢਿਆ ਗਿਆ ਹੈ, ਉਹ ਨਗਰ ਕੀਰਤਨ ਹੋਲਾ ਮੱਲਾ ਤੇ ਖਾਲਸੇ ਦੇ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਕਹਿਣ ਤੋਂ ਭਾਵ ਵਿਸਾਖੀ ਦੇ ਸੰਬੰਧ ਵਿੱਚ ਕੱਢਿਆ ਗਿਆ ਹੈ, ਕਿਉਂਕਿ ਸਿੱਖੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਇਹ ਫਖਰ ਪਿੰਡਾਂ 'ਚੋਂ ਹੁੰਦਾ ਹੋਇਆ ਨਗਰ ਮਿਸਪੁਰ ਵਿਖੇ ਪਹੁੰਚਿਆ, ਜਿੱਥੇ ਨਗਰ ਮਿਸਪੁਰ ਦੀ ਸੰਗਤ ਨੇ ਵੀ
आए हुए नगर कीर्तन संतान शाम संतान जीवा क्या जिसे चार नगर ने सेवा की थी। ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ।